ਜੰਗਲਾਂ 'ਚ ਅੱਗ ਲੱਗਣਾ ਇੱਕ ਆਮ ਗੱਲ ਬਣੀ ਚੁੱਕੀ ਦੀ ਹੈ। ਇਹ ਆਮ ਇੱਕ ਵਾਰਦਾਦ ਬਣੀ ਚੁੱਕੀ ਦੀ ਹੈ। ਤੁਸੀਂ ਸੁਣਦੇ ਰਹਉਂਦੇ ਹੋ ਕਿ ਫਲਾਣੀ ਥਾਂ 'ਲਾ ਜੰਗਲਾਂ 'ਚ ਅੱਗ ਲੱਗੀ ਗਈ ਜਾਂ ਫਲਾਣੀ ਥਾਂ 'ਲਾ ਜੰਗਲੇ 'ਗੀ ਅੱਗ ਲੱਗੀ ਗਈ। ਇਹ ਸਿਲਸਲਾ ਜਿਹੜਾ ਚੱਲਦਾ ਜਾ ਕਰਦਾ ਹੈ, ਅੱਗ ਸਿਲਦੀ ਵੀ ਹੈ। ਅ ਮਤੇਬਾਰੀ ਇਹ ਹੈ ਪਈ ਅੱਗ ਲੱਗਣ ਦੇ ਕਾਰਨ ਜਿਹੜੇ ਨਾ ਉਹ ਸਾਹਮਣੇ ਨਹੀਂ ਆਉਂਦੇ। ਇੰਗਾ ਗਾ ਅਰ ਰਿਆਸੀ ਜ਼ਿਲ੍ਹੇ ਦੇ ਜਿਹੜੇ ਠਾਕਰਾ ਕੋਟ ਇਲਾਕਾ ਹੈ ਉੱਥੇ ਵੀ ਪਿਛਲੇ ਦਿਨੇ ਜੰਗਲਾਂ 'ਚ ਅੱਗ ਲੱਗਣ ਦੀ ਜਿਹੜੀ ਵਾਰਦਾਤ ਹੈ ਉਹ ਇੱਕ ਵਾਰੀ ਨਹੀਂ ਦੋ ਵਾਰੀ ਸਾਹਮਣੇ ਆਈ ਹੈ ਔਰ ਠਾਕਰਾ ਕੋਟ ਦਾ ਜਿਹੜਾ ਇਹ ਜੰਗਲ ਹੈ ਇਹ ਕੰਪਾਰਟਮੈਂਟ 48 A ਦੇ ਤਹਿਤ ਇਹ ਜਿਹੜਾ ਪਹਾੜਾ ਹੈ ਇਹ ਹੁੰਦਾ ਹੈ ਇੱਥੇ ਇੱਕ ਵਾਰੀ ਪਹਿਲਾਂ ਅੱਗ ਲੱਗੀ ਫਿਰ ਪਰਤੀਆ ਪਿਛਲੇ ਦਿਨੇ ਗਾ ਇੱਕ ਵਾਰੀ ਪਰਤੀਆ ਜੰਗਲਾਂ 'ਚ ਅੱਗ ਲੱਗ ਗਈ ਔਰ ਇਹ ਜਿਹੜੀ ਅੱਗ ਲੱਗੀ ਹੀ ਇਹ ਜਿਹੜਾ ਰਿਆਸੀ ਕਸਬਾ ਹੈ ਉਥੋਂ ਸਾਹਮਣੇ ਇਹ ਲੱਭਾ ਕਰਦਾ ਧੂਆਂ ਵੀ ਲੱਭਾ ਕਰਦਾ ਤੇ ਅੱਗ ਵੀ ਲੱਭਾ ਕਰਦੀ ਭਈ ਜੰਗ ਲੱਗੀ ਅੱਗ ਲੱਗੀ ਦੀ ਹੈ ਇਸ ਅੱਗੀ ਦੀ ਸੂਚਨਾ ਥੋਂਦੇ ਗਿਆ ਜੰਗਲਾਤ ਮਹਿਕਮੇ ਦੇ ਜਿਹੜੇ ਅਧਿਕਾਰੀ ਹੈ ਉਥੇ ਮੌਕੇ ਉਪਰ ਪੁੱਜੇ ਔਰ ਉਹਨੇ ਅੱਗ ਸੱਲਣ ਦੀ ਕੋਸ਼ਿਸ਼ ਜਿਹੜੀ ਸੀ ਉਹ ਸ਼ੁਰੂ ਕਰੀ ਉਡੀ ਔਰ ਉਸਦੇ ਕਰਨਾ ਕਰਨਾ ਕਿ ਮਕਾਮੀ ਬਸਨੀਕੇ ਵੀ ਅੱਗ ਸੱਲਣੇ ਚ ਆਪਣਾ ਜਿਹੜਾ ਯੋਗਦਾਨ ਹੈ ਆਪਣੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਪਰ ਅੱਗ ਲੱਗਦੀ ਕੀ ਹੈ ਮਕਾਮੀ ਜਿਹੜੇ ਬਸਨੀ ਕਹੇ ਹੁੰਦਾ ਇਹ ਆਖਣਾ ਹੈ ਕਿ ਕਿਛ ਲੋਕ ਐਸੇ ਨੇ ਸਾਡੇ ਸਮਾਜ ਵਿੱਚ ਜਿਨੇ ਜਿਹੜੇ ਇਹ ਗੱਲਾਂ ਲਾਂਦੇ ਨੇ ਉਹ ਇਸਦਾ ਠੀਕ ਹੋਇਆ ਕੀ ਕਿ ਹੁੰਦਾ ਆਖਣਾ ਇਹ ਹਾ ਕਿ ਅੱਗ ਤਾਂ ਇਸ ਜੰਗਲਾ ਕੀ ਲਾਈ ਗਈ ਹੈ ਤਾਂ ਕਿ ਇੱਥੇ ਜਿਹੜੀ ਸੈਲਾਕਾ ਆਇਆ ਉਹ ਉੱਗੀ ਸਕੇ ਔਰ ਇਹ ਸੈਲਾਕਾ ਉਹ ਆਪਣੇ ਪਸ਼ੂਆਂ ਦੇ ਚਾਰੇ ਕੀਤਾ ਇਸਤੇਮਾਲ ਕਰਦੇ ਇਹ ਠੀਕ ਹੈ ਕਿ ਪਸ਼ੂਆਂ ਦੇ ਚਾਰੇਗੀ ਤੱਕ ਆ ਸੈਲਾ ਚਾਹੀਦਾ ਪਰ ਜੰਗਲਾਂ ਦੀ ਅੱਗ ਲਾਈਏ ਤੋ ਉਸ ਸੈਲਾ ਕਾ ਇਕੱਠਾ ਕਰਾ ਕਰਦੇ ਹੋ ਜਾਂ ਸੈਲੇ ਕਾ ਦਾ ਇੰਤਜ਼ਾਰ ਕਰ ਕਰ ਇੰਤਜ਼ਾਰ ਜਿਹੜਾ ਤੋ ਉਸ ਕਰਾ ਕਰਦੇ ਹੋ ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਕਿ ਜੰਗਲਾਂ ਦੀ ਅੱਗ ਲਾਣੇ ਕੰਨਾ ਕਰੋੜਾਂ ਰੁਪਏ ਦਾ ਜਿਹੜਾ ਸਰਕਾਰੀ ਨੁਕਸਾਨ ਹੈ ਉਹ ਹੁੰਦਾ ਹੈ ਔਰ ਇਸ ਦੇ ਇਲਾਵਾ ਜਿਹੜੀਆਂ ਬੜੀਆਂ ਦੁਰਲਭ ਜਿਹੜੀਆਂ ਸਾਰੀਆਂ ਜੜੀ ਬੂਟੀਆਂ ਜਿਹੜੀਆਂ ਇਹਨੇ ਜੰਗਲੇ ਚ ਪਾਈ ਜਾਂਦੀਆਂ ਉਭੀ ਫਕੋਈਏ ਸਵਾਉ ਜਾਂਦੀਆਂ ਜਿੰਦੇ ਬਾਰੇ ਚਾਸੇਗੀ ਪਤਾਗਾ ਕੁਛ ਨਹੀਂ ਹੈ ਔਰ ਇਸ ਦੇ ਇਲਾਵਾ ਬੜੀ ਵੱਡੀ ਗੱਲ ਇਹ ਹੈ ਕਿ ਜਿਹੜੇ ਜੰਗਲੀ ਜੀਵ ਹੁੰਦੇ ਨੇ ਉਹਦੀ ਵੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ ਉਭੀ ਇਸ ਅੱਗੀ ਚ ਫਕੋਈਏ ਜਿਹੜੇ ਉਹ ਸਵਾਉ ਹੀ ਜਾਂਦੇ ਨੇ ਔਰ ਮੈਕਮੇ ਕੀ ਚਾਹੀਦਾ ਕਿ ਕੋਈ ਐਸਾ ਬੰਦੋਬਸਤ ਕਰਾ ਤਾਂ ਜੇ ਇਹ ਜਿਹੜੀ ਅੱਗ ਹੈ ਇਹ ਨਹੀਂ ਲੱਗਣੀ ਚਾਹੀਦੀ ਔਰ ਜਿਹੜੀ ਅੱਗੀ ਦੀ ਇਹ ਵਾਰਦਾਤਾਂ ਤੇ ਇਹ ਆਉਂਦੀਆਂ ਕੀ ਰਹੌਂਦੀਆਂ ਇਹ ਸਮੇ ਸਮੇ ਪਰ ਤੂੰ ਦੇ ਸਾਹਮਣੇ ਆਉਂਦੀਆਂ ਨਾ ਉੱਥੇ ਗਾ ਇੱਕ ਖਬਰ ਰਿਆਸੀ ਦਾ ਮਾਹੌਰ ਆਈ ਗਈ ਕਿ ਰਿਆਸੀ ਜਿਹੜਾ ਭੀਮਗੜ ਕਿਲਾ ਹੈ ਉਸ ਦੀ ਜਿਹੜੀ ਰੱਖ ਹੈ ਜਿਸ ਦੀ ਪਰਿਆਵਰਣ ਕੀ ਦਿਖਦੇ ਹੋਈ ਉਸ ਜੰਗਲਾ ਕੀ ਰੱਖ ਆਖਿਆ ਗਿਆ ਦਾ ਉੱਥੇ ਜਿਹੜੇ ਖੈਰ ਦੇ ਬੂਟੇ ਲੱਗੇ ਰਹੇ ਉਹ ਵੀ ਜਿਹੜੇ ਨਾ ਉਹ ਕਟੋਈ ਗਏ ਦੇ ਔਰ ਆਖਣਾ ਇਹ ਹੈ ਕਿ ਜਿਹੜਾ ਜਿੱਥੋਂ ਇਹ ਖੈਰਾ ਦੇ ਬੂਟੇ ਕਟੋਏ ਨਾ ਉਸ ਦਾ ਕੋਲ ਗਿਆ ਜਿਹੜਾ ਮੈਕਮਾ ਜੰਗਲਾਤ ਹੈ ਉਸ ਦਾ ਦਫਤਰ ਵੀ ਕੋਲ ਗਿਆ ਬੜੀ ਚਵਾਤਾ ਵਾਲੀ ਗੱਲ ਹੈ ਕੀ ਕਿ ਅਗਰ ਦਫਤਰ ਕੋਰ ਹੈ ਔਰ ਭੀਮਗੜ ਕਿਲਾ ਜਿਹੜਾ ਰਿਆਸੀ ਦਾ ਬੜਾ ਮਸ਼ਹੂਰ ਕਿਲਾ ਹੈ ਔਰ ਅਗਰ ਉਸ ਰੱਖਾ ਵਿੱਚ ਆ ਖੈਰ ਦੇ ਬੂਟੇ ਕਟੋਈ ਗਏ ਨਾ ਤੇ ਇਹ ਪਾਈ ਬੜੀ ਚਵਾਤਾ ਵਾਲੀ ਗੱਲ ਹੈ ਔਰ ਦਫਤਰ ਜਿਹੜਾ ਹੈ ਉਹ ਵੀ ਇਹਦੇ ਕੋਲ ਗਿਆ ਇਹ ਵੀ ਬੜੀ ਚਵਾਤਾ ਵਾਲੀ ਗੱਲ ਹੈ ਔਰ ਤੁਸੀਂ ਪਤਾ ਹੈ ਕਿ ਖੈਰ ਦਾ ਬੂਟਾ ਅਗਰ ਕਿਸੇ ਦੇ ਖੇਤਰੇ ਚ ਲੱਗਾਦਾ ਹੋਵੇ ਅਗਰ ਉਸਨੇ ਉਸਦੀ ਕਟਣਾ ਹੈ ਉਸਦੀ ਵੱਢਣਾ ਹੈ ਤੇ ਇਸ ਦੀ ਜਿਹੜੀ ਇਜਾਜ਼ਤ ਹੈ ਸਰਕਾਰ ਕੋਲ ਲੈਣੇ ਪੁੰਦੀ ਹੈ ਔਰ ਕਾਫੀ ਚੱਕਰ ਲਾਣੇ ਪੁੰਦੇ ਨੇ ਲੰਮਾ ਪਿੰਡਾ ਤੈਅ ਕਰਨੇ ਪੁੰਦਾ ਫੀ ਇਜਾਜ਼ਤ ਹੁੰਦੀ ਹੈ ਤੇ ਹੋ ਸਕਦਾ ਕਿ ਇਜਾਜ਼ਤ ਗਿਆ ਇਹਦੀ ਬੰਦ ਹੋਇਆ ਪਰ ਜਿਹੜੇ ਲੱਕੜੀ ਦੇ ਤਸਕਰ ਨੇ ਉਹਨੇ ਮਹਿਕਮਾ ਜੰਗਲਾਤ ਦੀ ਅੱਖੀ ਚ ਤੂੜ ਪਾਈ ਹੈ ਇਹ ਜਿਹੜੀ ਖੈਰ ਬੂਟੇ ਦੀ ਜਿਹੜੀ ਕਟਾਈ ਹੈ ਇਹ ਕਰੀ ਹੈ ਉਥੋਂ ਫੁਰ ਰਹੀ ਹੈ ਔਰ ਮਹਿਕਮੇ ਦੀ ਪਤਾ ਕਿ ਨਹੀਂ ਚਲਿਆ ਇਹ ਹੋ ਹੀ ਸਕਦਾ ਕਿ ਮਹਿਕਮੇ ਕੀ ਪਤਾ ਨਹੀਂ ਚਲਿਆ ਹੋ ਪਰ ਚਲੋ ਜੋ ਉਥੋਂ ਅਸੀਂ ਕੀ ਸੂਤਰ ਦੱਸਾ ਕਰਦੇ ਨੇ ਕਿ ਮਹਿਕਮੇ ਕੀ ਇਸ ਬਾਰੇ ਚ ਕੋਈ ਪਤਾ ਨਹੀਂ ਚਲਿਆ ਕੀ ਕਿ ਜੰਗਲਾ ਦੀ ਜਿਹੜਾ ਮਹਿਕਮਾ ਰਾਖੀ ਕਰਦਾ ਹੈ ਤੇ ਉਸ ਲਈ ਇਹ ਪਤਾ ਨਹੀਂ ਹੈ ਕਿ ਜੰਗਲਾ ਚਾ ਬੂਟੇ ਵੜੋਈਏ ਪਰ ਰਿਆਸੀ ਦੇ ਜਿਹੜਾ ਮਹਿਕਮਾ ਜੰਗਲਾਤ ਹੈ ਜਾਂ ਜਿਹੜੇ ਉੱਚ ਅਧਿਕਾਰੀ ਨੇ ਕੀ ਕਿ ਰਿਆਸੀ ਜਿਹੜਾ ਸਾਡਾ ਜ਼ਿਲ੍ਹਾ ਹੈ ਬੜੇ ਜੰਗਲੇ ਚ ਫੈਲੇ ਦਾ ਜ਼ਿਲ੍ਹਾ ਹੈ ਅਗਰ ਇੰਨਾਂ ਗਾ ਜਿਹੜੇ ਲੱਕੜੀ ਦੇ ਤਸਕਰਨ ਉਹ ਮਹਿਕਮੇ ਦੀ ਅੱਖੀਂ ਚ ਤੂੜ ਪਾਉਂਦੇਗੇ ਪਰ ਇਨੇ ਜੰਗਲਾਂ ਦਾ ਕਿ ਹੋਗ ਇਹ ਤੁਸੀਂ ਵੀ ਚੰਗੀ ਚਾਲੀ ਜਾਣਦੇ ਹੋ ਤੇ ਮਹਿਕਮਾ ਵੀ ਚੰਗੀ ਚਾਲੀ ਜਾਣਦਾ ਹੈ ਤੇ ਮਹਿਕਮੇ ਕੀ ਚਾਹੀਦਾ ਹੈ ਕਿ ਐਸੇ ਜਿਹੜੇ ਲੋਕ ਨੇ ਜਿਹੜੇ ਜੰਗਲਾਂ ਦੀ ਅੱਗ ਲਾਈ ਦਿੰਦੇ ਨੇ ਜਾਂ ਵੀ ਜਿਹੜੇ ਖੈਰ ਦੇ ਬੂਟੇ ਕੱਟਿਆ ਤਸਕਰੀ ਕਰਦੇ ਨੇ ਜਾਂ ਹੋਰ ਜਿਹੜੇ ਬੂਟੇ ਕੱਟਿਆ ਫੁਰਰ ਹੀ ਜਾਂਦੇ ਨੇ ਉਹਦੀ ਨਿਕελ ਕੱਸਣੀ ਚਾਹੀਦੀ ਔਰ ਸਰਕਾਰ ਕੀ ਵੀ ਚਾਹੀਦਾ ਕਿ ਇਸ ਦਾ ਸੰਗਿਆਨ ਲੈਣਾ ਚਾਹੀਦਾ ਕਿ ਜਿਹੜੀ ਕੁਤਾਈ ਹੈ ਉਹ ਕਿਥੇ ਵਰਤੀ ਜਾ ਕਰਦੀ ਹੈ